ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵਿੰਦਰ ਸਿੰਘ ਆਦੀਆਂ ਅਤੇ ਸਮੂਹ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਸਮੂਹ ਸਾਧ ਸੰਗਤ, ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਹਾਂ ਕਿ ਪੰਥ ਵਿੱਚੋਂ ਛੇਕਿਆ ਹੋਇਆ ਸੁੱਚਾ ਬਲਾਤਕਾਰੀ ਲੰਗਾਹ ਜਿਹੜਾ ਉਹ ਕਈ ਦਿਨ ਤੋਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਆ ਰਿਹਾ ਕਿ ਇਹ ਮਿਲੀ ਭੁਗਤ ਦਾ ਹਿੱਸਾ ਆ, ਕਿਉਂਕਿ ਜੇ ਇਹ ਮਿਲੀ ਭੁਗਤ ਨਾ ਹੋਵੇ ਤੇ ਇਹਦਾ ਅਖੰਡ ਪਾਠ ਸਾਹਿਬ ਫਤਿਹਗੜ੍ਹ ਸਾਹਿਬ ਨਾ ਆਉਂਦਾ। ਇਹਦੇ ਬੰਦੇ ਜਿਹੜੇ ਨੇ ਗੁਰਦਾਸ ਨੰਗਲ ਗੜੀ ਦੇ ਵਿੱਚ ਅੱਜ ਵੀ ਵਰਕ ਕਰ ਰਹੇ ਨੇ, ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਅਤੇ ਬਾੜ ਸਾਹਿਬ, ਇਹਦੇ ਬੰਦੇ ਹੀ ਜਿਹੜੇ ਲੱਗੇ ਹੋਏ ਨੇ, ਜਿਨ੍ਹਾਂ ਦੀ ਨਿਯੁਕਤੀ ਰੱਦ ਕਰਕੇ ਇਹਨਾਂ ਨੂੰ ਹਰਿਆਣੇ ਸੁੱਟਿਆ ਗਿਆ ਸੀ, ਮੁੜ ਉੱਥੇ ਲਾ ਤੇ ਸਾਈ ਵੀ ਨਹੀਂ ਸੁੱਕੀ, ਅਤੇ ਅਸੀਂ ਉਹਦਾ ਵਿਰੋਧ ਕਰਨ ਆਏ ਹਾਂ। ਦੋ ਤਿੰਨ ਦਿਨ ਅਸੀਂ ਵੇਹਦੇ ਰਹੇ ਹਾਂ ਕਿ ਸ਼ਾਇਦ ਇਹਨੂੰ ਕੋਈ ਡੱਕੇਗਾ ਕੋਈ ਰੋਕੇਗਾ, ਪਰ ਨਹੀਂ ਬੋਲਿਆ ਕੋਈ। ਆਖਿਰਕਾਰ ਸਾਨੂੰ ਆਉਣਾ ਪਿਆ ਅਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਇਹਨੂੰ ਕੌਮ ਦਾ ਹਿੱਸਾ ਨਹੀਂ ਬਣ ਦਿਆਂਗੇ, ਇਹਨੂੰ ਗੁਰੂ ਘਰਾਂ ਵਿੱਚ ਦਾਖਲ ਨਹੀਂ ਹੋਣ ਦਿਆਂਗੇ, ਅਸੀਂ ਵਿਰੋਧ ਕਰਨਾ ਹੈ। ਵਾਹਿਗੁਰੂ ਜੀ, ਅਸੀਂ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ ਅਸੀਂ ਵਿਰੋਧ ਕਰਦੇ ਰਹਾਂਗੇ, ਜਿੰਨਾ ਚਿਰ ਅਸੀਂ ਜਿਉਂਦੇ ਵਿਰੋਧ ਕਰਦੇ ਰਹਾਂਗੇ। ਅਤੇ ਸਿੰਘ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਇਹਨੂੰ ਪੰਥ ਵਿੱਚ ਸ਼ਾਮਲ ਨਾ ਕੀਤਾ ਜਾਵੇ, ਉਹਨਾਂ ਭਰੋਸਾ ਦਿੱਤਾ ਕਿ ਇਹਨੂੰ ਬਿਲਕੁਲ ਅਸੀਂ ਪੰਥ ਵਿੱਚ ਸ਼ਾਮਲ ਨਹੀਂ ਕਰਾਂਗੇ, ਅਸੀਂ ਉਹਨਾਂ ਦੇ ਭਰੋਸੇ ਨੂੰ ਵੀ ਉਡੀਕ ਕਰਾਂਗੇ।